ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਆਪਾਂ ਇਹ ਗੱਲ ਲਗਾਤਾਰ ਸੁਣਦੇ ਰਹੇ ਹਾਂ ਕਿ ਪੰਜਾਬ ਪਿੰਡਾਂ ਵਿੱਚ ਵਸਦਾ ਹੈ ਤੇ ਪਿੰਡਾਂ ਵਿੱਚ ਵਸਦੇ ਏਸੀ ਪੰਜਾਬ ਅੰਦਰ ਖੇਡ ਪ੍ਰਤਿਭਾਵੀ ਬਹੁਤ ਵੱਡੇ ਪੱਧਰ ਉੱਤੇ ਮੌਜੂਦ ਹੈ ਜਿਸ ਨੇ ਪਿਛਲੇ ਸਮੇਂ ਦੌਰਾਨ ਦੇਸ਼ ਨੂੰ ਵੱਡੇ ਮਾਣ ਦਿਵਾਏ ਨੇ ਅਤੇ ਪੰਜਾਬ ਦੇ ਏਸੀ ਪਿੰਡੂ ਖੇਤਰ ਵਿੱਚੋਂ ਕਈ ਨਾਮਵਰ ਖਿਡਾਰੀ ਵੀ ਕੋਮਾਂਤਰੀ ਮੰਚ ਤੱਕ ਪਹੁੰਚੇ ਨੇ ਸੋ ਪੰਜਾਬ ਦੇ ਏਸੀ ਪਿੰਡੂ ਖੇਡ ਖੇਤਰ ਦੀ ਗੱਲ ਕਰਨੀ ਬਣਦੀ ਹੈ تفصیل ਵਿੱਚ ਗੱਲ ਕਰਨੀ ਬਣਦੀ ਹੈ ਇਸ ਵੇਲੇ ਹੁਣ ਦੇ ਸਮੇਂ ਵਿੱਚ ਇਹਦੇ ਕੀ ਹਾਲਾਤ ਨੇ ਕੀ ਰੁਝਾਨ ਨੇ ਉਹਨਾਂ ਬਾਰੇ ਵੀ ਜਾਨਣਾ ਬਣਦਾ ਕਿਉਂਕਿ ਬਹੁਤ ਅਹਿਮ ਵਿਸ਼ਾ ਹੈ ਤੇ ਇਸੇ ਵਿਸ਼ੇ ਉਤੇ ਆਧਾਰਿਤ ਹੈ ਸਾਡੀ ਅੱਜ ਦੀ ਗੱਲਬਾਤ ਅੱਜ ਦਾ ਇਹ ਤਾਜ਼ਾ ਅੰਕ ਜਿਹਦੇ ਵਿੱਚ ਇਸ ਵਿਸ਼ੇ ਉਤੇ ਗੱਲ ਕਰਨ ਦੇ ਲਈ ਇਸੇ ਖੇਤਰ ਦੀ ਇੱਕ ਸ਼ਖਸੀਅਤ ਮੌਜੂਦ ਹੈ ਜੋ ਕਿ ਲਗਾਤਾਰ ਪਿੰਡੂ ਖੇਡ ਸੱਭਿਆਚਾਰ ਨੂੰ ਨੇੜਿਓਂ ਵੇਖ ਰਹੇ ਨੇ ਤੇ ਉਸ ਵਿੱਚ ਯੋਗਦਾਨ ਵੀ ਪਾ ਰਹੇ ਨੇ ਇਸ ਵਿਸ਼ੇ ਉੱਤੇ ਗੱਲ ਕਰਨ ਦੇ ਲਈ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਮੋਹਨ ਸਿੰਘ ਜੀ ਜੋ ਕਿ ਸਰੀਰਿਕ ਸਿੱਖਿਆ ਵਿਭਾਗ ਸਕੂਲ ਆਫ ਐਮਿਨੈਂਸ ਗੜਸ਼ੰਕਰ ਵਿਖੇ ਸੇਵਾਵਾਂ ਨਿਭਾ ਰਹੇ ਨੇ ਅਤੇ ਨਾਲ ਦੀ ਨਾਲ ਇੱਕ ਕੋਚ ਵਜੋਂ ਵੀ ਲਗਾਤਾਰ ਬਹੁਤ ਵਧੀਆ ਕੰਮ ਕਰ ਰਹੇ ਨੇ ਖਾਸ ਕਰ ਜ਼ਿਕਰ ਗੱਲ ਹੋਵੇ ਫੁੱਟਬਾਲ ਐਥਲੈਟਿਕਸ ਖੋਖੋ ਅਤੇ ਕਬੱਡੀ ਵਰਗੀਆਂ ਖੇਡਾਂ ਦੀ ਅਤੇ ਨਾਲ ਦੀ ਨਾਲ ਨੌਜਵਾਨ ਵਰਗ ਨੂੰ ਵੀ ਲਗਾਤਾਰ ਤਿਆਰ ਕਰ ਰਹੇ ਨੇ ਸੋ ਅੱਜ ਦੀ ਇਸ ਗੱਲਬਾਤ ਵਿੱਚ ਆਉਣ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਮੋਹਨ ਸਿੰਘ ਜੀ ਕਿ ਤੁਸੀਂ ਸਮਾਂ ਕੱਢ ਕੇ ਵਿਸ਼ੇਸ਼ ਤੌਰ ਤੇ ਗੱਲਬਾਤ ਲਈ ਪਹੁੰਚੇ ਦੂਦਰਸ਼ਨ ਜਲੰਧਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਆਪਾਂ ਕਰਨੀ ਹੈ ਪੰਜਾਬ ਦੇ ਪਿੰਡੂ ਖੇਤਰ ਦੀ ਤੇ ਉਹਦੇ ਜੋ ਵੱਖ-ਵੱਖ ਪਹਿਲੂ ਨੇ ਤੇ ਗੱਲ ਸ਼ੁਰੂ ਇਦਾਂ ਕਰਾਂਗੇ ਕਿ ਤੁਸੀਂ ਖੁਦ ਵੀ ਇਸੇ ਖੇਤਰ ਦੇ ਨਾਲ ਸੰਬੰਧਿਤ ਹੋ ਤੇ ਤੁਹਾਡਾ ਪਿਛੋਕਰ ਜਿਹੜਾ ਉਹ ਵੀ ਪਿੰਡ ਦੇ ਨਾਲ ਸੰਬੰਧਿਤ ਉਹਦੇ ਬਾਰੇ ਸਾਨੂੰ ਜ਼ਰੂਰ ਥੋੜਾ ਜਾਣਕਾਰੀ ਦਿਓ। ਸੋ ਜੀ ਸਰ ਜਿਹੜਾ ਮੇਰਾ ਪਿੰਡ ਹੈ ਜੀ ਹੁਸ਼ਿਆਰਪੁਰ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਪੈਂਦਾ ਹੈ ਜੀ ਡਗਾਂ ਜੀ ਉੱਥੋਂ ਜਿਹੜਾ ਆ ਮੈਂ ਆਪਣੇ ਫੁੱਟਬਾਲ ਦਾ ਸਫ਼ਰ ਜਿਹੜਾ ਸ਼ੁਰੂ ਕੀਤਾ ਸੀਗਾ ਜੀ ਜੀ ਸੋ ਉਸ ਤੋਂ ਬਾਅਦ ਜਿੱਦਾਂ ਹੌਲੀ-ਹੌਲੀ ਆਪਾਂ ਸਟੈਪ ਬਾਈ ਸਟੈਪ ਅੱਗੇ ਵਧਦੇ ਆ ਜੀ ਸਾਨੂੰ ਪਿੰਡ ਦੇ ਵਿੱਚੋਂ ਹੀ ਕੁਝ ਚੀਜ਼ਾਂ ਸਿੱਖਣ ਨੂੰ ਮਿਲੀਆਂ ਉਸ ਤੋਂ ਬਾਅਦ ਸਕੂਲ ਲੈਵਲ ਦੇ ਵਿੱਚ ਜਾ ਕੇ ਸੀ ਆਪਣੇ ਜਿਹੜਾ ਇਹ ਆਪਣੇ ਜੋਰ ਫੁੱਟਬਾਲ ਦੇ ਦਿਖਾਏ ਉਸ ਤੋਂ ਬਾਅਦ ਸਾਨੂੰ ਅੱਗੇ ਮੌਕਾ ਕਾਲਜਸ ਯੂਨੀਵਰਸਿਟੀ ਦੇ ਵਿੱਚ ਜਿਹੜਾ ਖੇਡਣ ਦਾ ਮੌਕਾ ਮਿਲਿਆ ਜੀ ਜੀ ਸੋ ਤੁਹਾਡਾ ਆਗਾਜ਼ ਜਿਹੜਾ ਪਿੰਡ ਡਹਾਗਾਮ ਤੋਂ ਹੋਇਆ ਤੇ ਸਰੀਰਕ ਸਿੱਖਿਆ ਦੇ ਖੇਤਰ ਵਿੱਚ ਤੁਹਾਡਾ ਕਿਵੇਂ ਆਉਣਾ ਹੋਇਆ ਕਿਹੜੀ ਚੀਜ਼ ਨੇ ਤੁਹਾਨੂੰ ਆਕਰਸ਼ਿਤ ਕੀਤਾ ਇਸ ਬੰਨੇ ਸੋਚਣ ਲਈ ਅੱਗੇ ਵਧਣ ਲਈ ਦੇਖੋ ਸਰ ਜਿਹੜਾ ਇਹ ਤੁਸੀਂ ਇਕੱਲਾ ਜੇਕਰ ਇਹ ਗੱਲ ਕਰੋ ਕਿ ਅਸੀਂ ਖੇਡ ਕੇ ਹੀ ਅੱਗੇ ਵਧ ਜਾਵਾਂਗੇ ਜੀ ਸੋ ਇਹ ਪੋਸੀਬਲ ਨਹੀਂ ਹੈਗਾ ਜੀ ਇਹ ਸੰਭਵ ਨਹੀਂ ਹੈਗਾ ਇਸ ਲਈ ਸਾਨੂੰ ਉਸ ਦੇ ਨਾਲ ਨਾਲ ਇਹ ਧਿਆਨ ਦੇਣਾ ਪਵੇਗਾ ਕਿ ਐਜੂਕੇਸ਼ਨ ਵੀ ਉਨੀ ਹੀ ਇੰਪੋਰਟੈਂਟ ਹੈ ਸਾਡੇ ਲਈ ਜੀ ਜ਼ਰੂਰੀ ਹੈ ਉਨੀ ਹੀ ਜ਼ਰੂਰੀ ਹੈ ਜੀ ਸੋ ਮੈਨੂੰ ਪਹਿਲਾਂ ਗਾਈਡੈਂਸ ਹੌਲੀ ਹੌਲੀ ਜਿਹੜੀ ਆਪਣੇ ਘਰ ਤੋਂ ਹੀ ਮਿਲੀ ਸਾਡੇ ਚਾਚਾ ਜੀ ਸਿਗੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਐਜ਼ ਏ ਅਧਿਆਪਕ ਆਪਣਾ ਐਜ਼ ਅ ਕੋਚ ਆਪਣਾ ਕੈਰੀਅਰ ਸਕੂਲਾਂ ਦੇ ਵਿੱਚ ਬਣਾਉਣਾ ਚਾਹੁੰਦੇ ਆ ਤਾਂ ਤੁਹਾਨੂੰ ਜਿਹੜਾ ਆ ਸਪੈਸ਼ਲ ਕੋਰਸ ਕਰਨੇ ਪੈਣਗੇ ਸਰੀਰਕ ਸਿੱਖਿਆ ਦੇ ਜੀ ਸੋ ਉਸ ਦੇ ਲਈ ਮੈਂ ਜਿਹੜਾ ਆਪਣੀ ਸ਼ੁਰੂਆਤ ਜਿਹੜੀ ਹੈ ਬੀਪੀਐਡ ਜਿਹਨੂੰ ਬੈਚਲਰਸ ਆਫ ਫਿਜ਼ੀਕਲ ਐਜੂਕੇਸ਼ਨ ਕਹਿੰਦੇ ਆ ਜੀ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਸੈਕਟਰ 11 ਚੰਡੀਗੜ੍ਹ ਤੋਂ ਸਟਾਰਟ ਕੀਤੀ ਜੀ ਉਸ ਤੋਂ ਬਾਅਦ ਮੈਂ ਆਪਣੀ ਮਾਸਟਰ ਡਿਗਰੀ ਹੈ ਜਿਹੜੀ ਮੇਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੈ ਜੀ ਸੋ ਇਸ ਤਰ੍ਹਾਂ ਜਿਹੜਾ ਮੇਰੀ ਮੈਂ ਆਪਣਾ ਜਿਹੜਾ ਸਰੀਰਕ ਸਿੱਖਿਆ ਦੇ ਵਿੱਚ ਆਪਣਾ ਕੈਰੀਅਰ ਸਟਾਰਟ ਕੀਤਾ ਜੀ ਜੀ ਸੋ ਸਰੀਰਕ ਸਿੱਖਿਆ ਦੇ ਵਿੱਚ ਵੀ ਤੁਸੀਂ ਕੰਮ ਕਰ ਰਹੇ ਹੋ ਇਸ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹੋ ਤੇ ਨਾਲ ਦੀ ਨਾਲ ਇੱਕ ਕੋਚ ਵਜੋਂ ਵੀ ਤੁਸੀਂ ਨੌਜਵਾਨਾਂ ਨੂੰ ਖਾਸ ਤੌਰ ਤੇ ਬੱਚਿਆਂ ਨੂੰ ਸਿਖਲਾਈ ਦੇ ਰਹੇ ਹੋ ਸੋ ਇੱਕ ਕੋਚ ਵਜੋਂ ਤੁਹਾਡਾ ਹੁਣ ਤੱਕ ਦਾ ਤਜਰਬਾ ਆ ਉਹ ਕੀ ਕਹਿੰਦਾ ਕਿ ਸਾਡਾ ਜਿਹੜਾ ਖੇਡ ਢਾਂਚਾ ਹੈ ਉਹ ਕਿਹੋ ਜਿਹਾ ਹੈ ਜਾਂ ਉਹਦੇ ਵਿੱਚ ਕਿਹੜੇ ਸੁਧਾਰ ਦੀ ਗੁੰਜਾਇਸ਼ ਉਹਦੇ ਚੰਗੇ ਪਹਿਲੂ ਜਾਂ ਜੋ ਚੀਜ਼ਾਂ ਪਹਾਲੇ ਅਸੀਂ ਮੰਨਦੇ ਕਿ ਜਿਹਨਾਂ ਵਿੱਚ ਸੁਧਾਰ ਹੋਣਾ ਜ਼ਰੂਰੀ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਡੇ ਖੇਡ ਢਾਂਚੇ ਬਾਰੇ ਤੇ ਖਾਸ ਕਰ ਜੇਕਰ ਆਪਾਂ ਗੱਲ ਕਰੀਏ ਪਿੰਡੂ ਖੇਤਰ ਨਾਲ ਸੰਬੰਧਿਤ ਜਿਹੜਾ ਢਾਂਚਾ ਸਰ ਦੇਖੋ ਜੀ ਜਿਹੜੀ ਸ਼ੁਰੂਆਤ ਹੁੰਦੀ ਹੈ ਨਾ ਲਗਭਗ ਜਿਹੜਾ ਵੀ ਕੋਈ ਵੀ ਖਿਡਾਰੀ ਆ ਉਹ ਪਿੰਡ ਤੋਂ ਹੀ ਸ਼ੁਰੂਆਤ ਕਰਦਾ ਜੀ ਪਿੰਡ ਤੋਂ ਸ਼ੁਰੂਆਤ ਕਰਦਾ ਹੈ ਸੋ ਉਸ ਨੂੰ ਪਹਿਲਾਂ ਇਹ ਜਾਨਣ ਦੀ ਲੋੜ ਹੈ ਕਿ ਉਸਨੇ ਅੱਗੇ ਕਿੱਥੇ ਤੱਕ ਪਹੁੰਚਣਾ ਹੈ ਜੀ ਜੇਕਰ ਖਿਡਾਰੀ ਦੀ ਸੋਚ ਇੱਕ ਚੰਗੀ ਹੋਵੇਗੀ ਕਿ ਉਸਨੇ ਜਿਹੜਾ ਹੈ ਇੰਡੀਆ ਲੈਵਲ ਤੱਕ ਖੇਡਣਾ ਹੈ ਜਾਂ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਣਾ ਹੈ ਤਾਂ ਸਾਨੂੰ ਜਿਹੜੀ ਇਹ ਸ਼ੁਰੂਆਤ ਸਹੀ ਢੰਗ ਨਾਲ ਕਰਨੀ ਪਵੇਗੀ ਜੀ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਢਾਂਚਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਢਾਂਚੇ ਦੇ ਵਿੱਚ ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਫੈਸਿਲਿਟੀ ਸਾਡੇ ਕੋਲ ਕਿਸ ਤਰ੍ਹਾਂ ਦੀ ਹੈ ਜੀ ਹੁਣ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਕੋਲ ਜੇਕਰ ਫੁੱਟਬਾਲ ਦੀ ਗੱਲ ਕਰੀਏ ਫੁੱਟਬਾਲ ਲੈਣ ਦੇ ਪੈਸੇ ਨਹੀਂ ਹੈਗੇ ਉਹ ਆਪਣੀ ਕਿੱਟ ਨਹੀਂ ਖਰੀਦ ਸਕਦਾ ਆਪਣੇ ਸ਼ੂਜ਼ ਨਹੀਂ ਖਰੀਦ ਸਕਦਾ ਜੀ ਜੀ ਸੋ ਅੱਗੇ ਉਹ ਕਿਸ ਤਰ੍ਹਾਂ ਬਵੇਗਾ ਕਿਉਂਕਿ ਜੇਕਰ ਅਸੀਂ ਨੈਸ਼ਨਲ ਲੈਵਲ ਤੇ ਜਾਣਾ ਹੈ ਇੰਟਰਨੈਸ਼ਨਲ ਲੈਵਲ ਤੇ ਜਾਣਾ ਹੈ ਤਾਂ ਸਾਡੇ ਕੋਲ ਜਿਹੜੀ ਫੈਸਿਲਿਟੀ ਹੈ ਪਹਿਲਾਂ ਬੇਸਿਕ ਹੋਣੀ ਜ਼ਰੂਰੀ ਹੈ ਜੀ ਉਸ ਦੇ ਨਾਲ ਨਾਲ ਜੋ ਕਮੀ ਪੇਚੀ ਸਾਡੇ ਇੰਡੀਆ ਦੇ ਵਿੱਚ ਹੈ ਜੀ ਜੇਕਰ ਮੈਂ ਫੁੱਟਬਾਲ ਦੀ ਗੱਲ ਕਰਾਂ ਜੀ ਜੀ ਸਾਡੇ ਕੋਲ ਉਸ ਲੈਵਲ ਦੇ ਗਰਾਊਂਡ ਹੀ ਮੌਜੂਦ ਨਹੀਂ ਹਨ ਜੀ ਅੱਛਾ ਸਾਡੇ ਕੋਲ ਸਿਰਫ ਜਿਹੜੇ ਆ ਹਜੇ ਆਪਾਂ ਬਹੁਤ ਇੰਟਰਨੈਸ਼ਨਲ ਲੈਵਲ ਤੋਂ ਬਹੁਤ ਪਿੱਛੇ ਚੱਲ ਰਹੇ ਹਾਂ ਜੀ ਕਿਉਂਕਿ ਸਾਡੇ ਕੋਲ ਗਰਾਸ ਰੂਟ ਲੈਵਲ ਤੇ ਇੰਨਾ ਜਿਹੜਾ ਹੈ ਗਰਾਊਂਡ ਦਾ ਪੱਧਰ ਚੰਗਾ ਨਹੀਂ ਹੈ ਜੀ ਜੀ ਸੋ ਸਾਨੂੰ ਸਭ ਤੋਂ ਪਹਿਲਾਂ ਬੇਸਿਕ ਚੀਜ਼ਾਂ ਜੇ ਗਵਰਨਮੈਂਟ ਵੀ ਇਸ ਵੱਲ ਧਿਆਨ ਦੇਵੇ ਸੋ ਹੋਰ ਵੀ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਇਸ ਤੇ ਧਿਆਨ ਦੇਣ ਕਿ ਪੰਜਾਬ ਜਿਹੜਾ ਇੱਕ ਪਨੀਰੀ ਹੈ ਫੁੱਟਬਾਲ ਦੀ ਜੇਕਰ ਅਸੀਂ ਬੰਗਾਲ ਤੋਂ ਬਾਅਦ ਗੱਲ ਕਰੀਏ ਤਾਂ ਪੰਜਾਬ ਹੀ ਇਦਾਂ ਦਾ ਰਾਜ ਹੈ ਜ ਜਿਹਦੇ ਵਿੱਚ ਫੁੱਟਬਾਲ ਸਭ ਤੋਂ ਜ਼ਿਆਦਾ ਖੇਡੇ ਜਾਂਦੇ ਹੈ ਜੀ ਬਿਲਕੁਲ ਬਿਲਕੁਲ ਪਰ ਸਾਡੇ ਕੋਲ ਉਸ ਤਰ੍ਹਾਂ ਦੇ ਲੈਵਲ ਦਾ ਗਰਾਊਂਡ ਨਹੀਂ ਹੈ ਜੀ ਤੁਸੀਂ ਇਹ ਗੱਲ ਨੋਟ ਕਰੋ ਕਿ ਸਾਡੇ ਇਸ ਵੇਲੇ ਜਿਹੜੀ ਇੰਡੀਆ ਟੀਮ ਦੇ ਵਿੱਚ ਪਲੇਅਰ ਖੇਡੇ ਆ ਮਨਵੀਰ ਸਿੰਘ ਆਪਣਾ ਜਲੰਧਰ ਤੋਂ ਹੀ ਜੀ ਆਦਮਪੁਰ ਤੋਂ ਅਨਵਰ ਅਲੀ ਆ ਜੀ ਜੀ ਗੁਰਪ੍ਰੀਤ ਸਿੰਘ ਸੰਧੂ ਜਿਹੜੇ ਹੁਣ ਕੈਪਟਨ ਆ ਜੀ ਜੀ ਹਾਂਜੀ ਆਪਣੇ ਇੰਡੀਆ ਟੀਮ ਦੇ ਜੀ ਉਸ ਦੇ ਬਾਵਜੂਦ ਵੀ ਸਾਡੇ ਕੋਲ ਇੱਕ ਇਦਾਂ ਦਾ ਇੰਟਰਨੈਸ਼ਨਲ ਲੈਵਲ ਦਾ ਪੰਜਾਬ ਦੇ ਵਿੱਚ ਗਰਾਊਂਡ ਨਹੀਂ ਕਿ ਅਸੀਂ ਕੋਈ ਮੈਚ ਜਿਹੜਾ ਆ ਉਹ ਕਰਵਾ ਸਕੀ ਜੀ ਜੀ ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਪਲੇਅਰ ਤਾਂ ਬਹੁਤ ਸਾਰੇ ਨੇ ਜੀ ਪਰ ਸਾਡੇ ਜਿਹੜੀ ਫੈਸਿਲਿਟੀ ਦਾ ਲੈਵਲ ਉੱਥੇ ਤੱਕ ਨਹੀਂ ਹੈ ਜੀ ਹਜੇ ਤੱਕ ਖੇਡ ਢਾਂਚਾ ਹੱਲੇ ਕਾਫੀ ਸੁਧਾਰ ਮੰਗਦਾ ਹੈ ਇਹ ਚੀਜ਼ ਤਾਂ ਸਪੱਸ਼ਟ ਹੋ ਜਾਂਦੀ ਹੈ ਤੇ ਪੰਜਾਬ ਦੇ ਅੰਦਰ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਫਰਕ ਨਜ਼ਰ ਆਉਂਦਾ ਮਾਝੇ ਮਾਲਵੇ ਤੇ ਦੁਆਬੇ ਦੇ ਜਿਹੜੇ ਖੇਡ ਹਾਲਾ ਪਿੰਡੂ ਖੇਤਰ ਦੀ ਜੇਕਰ ਆਪਾਂ ਗੱਲ ਕਰੀਏ ਮੈਦਾਨਾਂ ਪੱਖੋਂ ਜਾਂ ਹੋਰ ਸਹੂਲਤਾਂ ਪੱਖੋਂ ਹਾਂਜੀ ਬਿਲਕੁਲ ਸਰ ਦੇਖੋ ਜੀ ਇਹ ਤਿੰਨੋਂ ਏਰੀਆ ਜਿੱਦਾਂ ਤੁਸੀਂ ਗੱਲ ਕੀਤੀ ਮਾਝਾ ਮਾਲਵਾ ਦੁਆਬਾ ਤਿੰਨਾ ਖੇਤਰਾਂ ਵਿੱਚ ਜਿਹੜੀ ਆ ਅਲੱਗ-ਅਲੱਗ ਖੇਡ ਖੇਡੀ ਜਾਂਦੀ ਹੈ ਜੀ ਜੀ ਜਿੱਦਾਂ ਆਪਾਂ ਹੁਣ ਆਪਣੇ ਦੁਆਬੇ ਦੀ ਗੱਲ ਕਰੀਏ ਇੱਥੇ ਜ਼ਿਆਦਾ ਫੁੱਟਬਾਲ ਨੂੰ ਜਿਹੜੀ ਆ ਤਵੱਜੂ ਦਿੱਤੀ ਜਾਂਦੀ ਹੈ ਜੀ ਬਿਲਕੁਲ ਇੱਥੇ ਨਾਲ-ਨਾਲ ਆਪਣੇ ਕੁਝ ਜਲੰਧਰ ਏਰੀਆ ਦੇ ਵਿੱਚ ਹਾਕੀ ਵੀ ਚੱਲ ਰਹੀ ਆ ਜੀ ਮਾਝਾ ਜਿਹੜਾ ਏਰੀਆ ਆ ਉਹ ਜ਼ਿਆਦਾ ਹਾਕੀ ਤੇ ਕਬੱਡੀ ਲਈ ਜਾਣਿਆ ਜਾਂਦਾ ਜੀ ਜੇ ਹੁਣ ਮਾਲਵੇ ਦੀ ਗੱਲ ਕਰੀਏ ਮਾਲਵਾ ਜਿਹੜਾ ਆ ਉਹ ਕੱਲਾ ਕਵਡਟੀ ਤੇ ਹੀ ਜ਼ੋਰ ਦੇ ਰਿਹਾ ਇਸ ਵੇਲੇ ਪਰ ਇਸ ਦੇ ਨਾਲ ਨਾਲ ਅਸੀਂ ਇਹ ਵੀ ਦੇਖਣ ਨੂੰ ਸਾਨੂੰ ਮਿਲਦਾ ਹੈ ਕਿ ਸਾਡੇ ਕੋਲ ਕੋਈ ਸੈਂਟਰ ਚੱਲਦੇ ਆ ਜਿਸ ਤਰ੍ਹਾਂ ਪਟਿਆਲਾ ਆ ਜਲੰਧਰ ਆ ਇੱਥੇ ਐਥਲੈਟਿਕਸ ਦੇ ਵੀ ਸਾਡੇ ਕੋਲ ਇਸ ਵੇਲੇ ਗੁਰਵਿੰਦਰ ਵੀਰ ਸਿੰਘ ਮੁੰਡਾ ਚੱਲ ਰਿਹਾ ਆਪਣਾ ਐਥਲੈਟਿਕਸ ਦੇ ਵਿੱਚ ਨੈਸ਼ਨਲ ਉਹ ਜੂਨੀਅਰ ਰਿਕਾਰਡ ਹੋਲਡਰ ਆ ਹਾਂਜੀ ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਆ ਜਿਹੜੀਆਂ ਇਲਾਕੇ ਨੂੰ ਡਿਫਰੈਂਸ਼ੀਏਟ ਕਰਦੀਆਂ ਆ ਸੋ ਜਿੱਦਾਂ ਦੇ ਤੁਸੀਂ ਆਪਾਂ ਸਟਾਰਟਿੰਗ ਦੀ ਗੱਲ ਕੀਤੀ ਕਿ ਪਿੰਡੂ ਮਾਹੌਲ ਤੋਂ ਕਿੱਦਾਂ ਦੀ ਗੇਮ ਚੱਲਦੀ ਆ ਉਸੇ ਤਰ੍ਹਾਂ ਹੀ ਬੱਚੇ ਅੱਗੇ ਡਿਵੈਲਪ ਕਰਦੇ ਆ ਜੀ ਆਪਣੇ ਉਸੇ ਤਰ੍ਹਾਂ ਦੀ ਗੇਮ ਜਿਹੜੀ ਚੂਸ ਕਰਦੇ ਆ ਆਪਣੀ ਜੀ ਸੋ ਗੱਲ ਆਪਾਂ ਕਰ ਰਹੇ ਹਾਂ ਪਿੰਡੂ ਖੇਤਰ ਦੀ ਪਿੰਡੂ ਖੇਤਰ ਵਿੱਚੋਂ ਆਉਣ ਵਾਲੇ ਬੱਚਿਆਂ ਦੀ ਤੇ ਬੜਾ ਜ਼ਰੂਰੀ ਸਵਾਲ ਇਹ ਆਉਂਦਾ ਹੈ ਕਿ ਆਪਾਂ ਇਹ ਤਾਂ ਜਾਣਿਆ ਕਿ ਸਾਡੇ ਪੰਜਾਬ ਦੇ ਪਿੰਡਾਂ ਵਿੱਚ ਬਹੁਤ ਪ੍ਰਤਿਭਾ ਮੌਜੂਦ ਹੈ ਬੱਚੇ ਬਹੁਤ ਇਹੋ ਜਿਹੇ ਨੇ ਜੋ ਖੇਡਾਂ ਵਿੱਚ ਅੱਗੇ ਵੱਧ ਸਕਦੇ ਨੇ ਸੋ ਇਹਨਾਂ ਬੱਚਿਆਂ ਨੂੰ ਖਾਸ ਤੌਰ ਤੇ ਦੂਰ ਦਰਾਡੇ ਦੇ ਇਲਾਕੇ ਵਿੱਚ ਰਹਿੰਦੇ ਬੱਚਿਆਂ ਨੂੰ ਕਿਵੇਂ ਚੁਣਿਆ ਜਾਂਦਾ ਉਹਨਾਂ ਦੇ ਲਈ ਟ੍ਰਾਇਲ ਕਿਸ ਤਰੀਕੇ ਨਾਲ ਹੁੰਦੇ ਨੇ ਤਾਂ ਕਿ ਉਸ ਪ੍ਰਤਿਭਾ ਨੂੰ ਪਛਾਣ ਕੇ ਅੱਗੇ ਲਿਆਂਦਾ ਜਾਵੇ ਉਹਨੂੰ ਸਿਖਲਾਈ ਦਿੱਤੀ ਜਾ ਸਕੇ ਉਹਦੀ ਕੀ ਪ੍ਰਕਿਰਿਆ ਹੁੰਦੀ ਹੈ ਤੁਸੀਂ ਕਿਵੇਂ ਪਛਾਣ ਕਰਦੇ ਹੋ ਇਹਨਾਂ ਬੱਚਿਆਂ ਦੀ ਦੇਖੋ ਸਰ ਆਪਣੇ ਜਿਹੜੀ ਪੰਜਾਬ ਗਵਰਨਮੈਂਟ ਦੇ ਅੰਦਰ ਕੁਝ ਅਕੈਡਮੀਜ਼ ਚੱਲਦੀਆਂ ਹਨ ਕੁਝ ਪ੍ਰਾਈਵੇਟ ਅਕੈਡਮੀ ਚੱਲਦੀਆਂ ਜੀ ਸੋ ਜਿਹੜੀਆਂ ਆਪਣੀਆਂ ਸਰਕਾਰੀ ਅਕੈਡਮੀ ਆ ਜਿਨ੍ਹਾਂ ਵਿੱਚ ਬੱਚਿਆਂ ਨੂੰ ਡਾਈਟ ਦਿੱਤੀ ਜਾਂਦੀ ਹੈ ਆਲਮੋਸਟ 200 ਰੁਪਏ 250 ਰੁਪਏ ਤੱਕ ਜਿਹੜੀ ਡਾਈਟ ਹੁੰਦੀ ਬੱਚੇ ਦੀ ਉਸ ਲਈ ਜਿਹੜੇ ਟ్రਾਇਲ ਕੰਡਕਟ ਕੀਤੇ ਜਾਂਦੇ ਆ ਹੁਣ ਆਪਣੇ ਜਿਹੜਾ ਆ ਸਾਡੇ ਮਾਲਪੁਰ ਏਰੀਆ ਦੇ ਵਿੱਚ ਹੀ ਇੱਕ ਵੀ ਐਸਡੀ ਅਕੈਡਮੀ ਮਾਲਪੁਰ ਚੱਲਦੀ ਹੈ ਜੀ ਵੱਡੋ ਅਕੈਡਮੀ ਹੈ ਜੀ ਉਸ ਦੇ ਨਾਲ ਮਜਾਰਾ ਡਿੰਗਰੀਆਂ ਫਿਰ ਇਹ ਪਾਲਦੀ ਅਕੈਡਮੀ ਹੈ ਜੀ ਸੋ ਚਾਰ ਅਕੈਡਮੀਆ ਜਿਹੜੀਆਂ ਆ ਗਵਰਨਮੈਂਟ ਸਰਕਾਰੀ ਸਕੂਲ ਦੇ ਅੰਡਰ ਆਂਦੀਆਂ ਗਵਰਨਮੈਂਟ ਦੇ ਅੰਡਰ ਆਂਦੀਆਂ ਸੋ ਬੱਚਿਆਂ ਨੂੰ ਉਸ ਦੇ ਲਈ ਪਹਿਲਾ ਟ੍ਰਾਇਲ ਜਿਹੜੇ ਅਖਬਾਰ ਚ ਕੱਢੇ ਜਾਂਦੇ ਆ ਉਸ ਤੇ ਪੋਸਟਰ ਰੀਲீஸ் ਕੀਤੇ ਜਾਂਦੇ ਆ ਸੋ ਜਿਹੜੇ ਬੱਚੇ ਉਹਨਾਂ ਵਿੱਚ ਚੁਣੇ ਜਾਂਦੇ ਆ ਉਹਨਾਂ ਨੂੰ ਰਹਿਣ ਲਈ ਫ੍ਰੀ ਮਿਲਦਾ ਜੀ ਉਹਨਾਂ ਲਈ ਰਿਫਰੈਸ਼ਮੈਂਟ ਫ੍ਰੀ ਹੁੰਦੀ ਆ ਜੀ ਫਿਰ ਉਹਨਾਂ ਨੂੰ ਜਿਹੜਾ ਆ ਸਟੇਟ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਜਿਹੜੀ ਓਪਰਚ ਸੋ ਕੁਝ ਕਾਲਜਿਸ ਵੀ ਹੈਗੇ ਜਿਹੜੇ ਨਾਲ-ਨਾਲ ਆਪਣੇ ਜਿਹੜੇ ਕਲੱਬ ਚਲਾ ਰਹੇ ਆ ਜਿੱਦਾਂ ਹੁਣ ਆਪਾਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਗੱਲ ਕਰੀਏ ਇੱਥੇ ਆਪਣੇ ਗੁਰੂ ਫੁੱਟਬਾਲ ਕਲੱਬ ਚੱਲ ਰਿਹਾ ਹੈ ਕੇਹਰ ਐਫਸੀ ਚੱਲਦੀ ਹੈ ਡੀਬੀ ਵੀ ਕਾਲਜ ਜਲੰਧਰ ਦੇ ਵਿੱਚ ਇਦਾਂ ਹੀ ਬਹੁਤ ਸਾਰੇ ਕਾਲਜਿਸ ਹੈਗੇ ਆ ਜਿਹੜੇ ਨਾਲ-ਨਾਲ ਪਲੇਅਰਸ ਨੂੰ ਓਪਰਚ्युनिटी ਦੇ ਰਹੇ ਆ ਆਫਟਰ ਸਕੂਲ ਜਿਹੜੇ ਜਦੋਂ ਕਾਲਜ ਦੇ ਵਿੱਚ ਉਹ ਜੁਆਇਨ ਕਰਦੇ ਆ ਤਾਂ ਉਹਨਾਂ ਨੂੰ ਮੌਕਾ ਮਿਲਦਾ ਕਲੱਬਾਂ ਦੇ ਨਾਲ ਖੇਡਣ ਦਾ ਜਿੱਦੋਂ ਪੰਜਾਬ ਪੁਲਿਸ ਨਾਲ ਖੇਡਦੇ ਆ ਬੀਐਸਐਫ ਨਾਲ ਖੇਡਦੇ ਆ ਮਿਨਾਰਬਾ ਪੰਜਾਬ ਨਾਲ ਖੇਡਦੇ ਆ ਤਾਂ ਉਹਨਾਂ ਨੂੰ ਤੁਸੀਂ ਇਹਦੇ ਨਾਲ ਜੁੜਦੀ ਗੱਲ ਇਹ ਵੀ ਹੈ ਕਿ ਆਪਾਂ ਇਹ ਤਾਂ ਵੇਖ ਲਿਆ ਕਿ ਸੰਸਥਾਵਾਂ ਮੌਜੂਦ ਆ ਜਿਹੜੇ ਦੂਰ ਦਰਾਡੇ ਦੇ ਇਲਾਕਿਆਂ 'ਚ ਬੈਠੇ ਬੱਚੇ ਆ ਜੇ ਕੋਈ ਆਪ ਇਸ ਖੇਤਰ ਵਿੱਚ ਆਉਣ ਦਾ ਛਾਹ ਵਾਰਿਆ ਜਾਂ ਉਹਦੇ ਮਾਤਾ ਪਿਤਾ ਜਾਂ ਰਿਸ਼ਤੇਦਾਰ ਇਸ ਸੰਬੰਧੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਆ ਕਿ ਉਹ ਆਪ ਵੀ ਇਹਨਾਂ ਅਕੈਡਮੀਆਂ ਦੇ ਨਾਲ ਸੰਸਥਾਵਾਂ ਨਾਲ ਸੰਪਰਕ ਕਰ ਸਕਦੇ ਆ ਸਮਾਂ ਰਹਿੰਦੇ ਆ ਹਾਂਜੀ ਸਰ ਬਿਲਕੁਲ ਜੀ ਤੁਹਾਨੂੰ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਅਖਬਾਰ ਦੇ ਵਿੱਚ ਪ੍ਰੋਪਰ ਜਿਹੜਾ ਆ ਇੱਕ ਸਲੇਖ ਦਿੱਤਾ ਜਾਂਦਾ ਆ ਜੀ ਕਿ ਤੁਸੀਂ ਐਨੇ ਤੋਂ ਐਨੇ ਤਰੀਕ ਤੱਕ ਜਿਹੜਾ ਆ ਡੈਕਟ ਫਿਕਸ ਹੁੰਦੀ ਆ ਵੀ ਤੁਸੀਂ ਟ్రਾਇਲ ਦੇ ਸਕਦੇ ਆ ਆ ਸਕਦੇ ਠੀਕ ਬਿਲਕੁਲ ਜੀ ਹਾਂਜੀ ਉਸ ਦੇ ਨਾਲ ਨਾਲ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਟੈਲੈਂਟ ਹੰਟ ਸ਼ੋਅ ਚੱਲਦੇ ਆ ਜੀ ਆਦੇ ਰਹਿੰਦੇ ਆ ਉਸ ਦੇ ਨਾਲ ਕੀ ਆ ਜਿਹੜੇ ਅਧਿਆਪਕ ਆ ਜਾਂ ਮਾਪਿਆਂ ਨੂੰ ਨਾਲ ਅਪਡੇਟ ਰਹਿਣ ਦੀ ਜ਼ਰੂਰਤ ਆ ਜੀ ਕਈ ਵਾਰ ਕੀ ਹੁੰਦਾ ਆ ਕਿ ਟ్రਾਇਲ ਆ ਕੇ ਚਲੇ ਜਾਂਦੇ ਆ ਹਾਂਜੀ ਬੱਚੇ ਵੀ ਨਹੀਂ ਉਸ ਚੀਜ਼ ਤੇ ਧਿਆਨ ਦਿੰਦੇ ਮਾਬਾ ਵੀ ਨਹੀਂ ਧਿਆਨ ਦਿੰਦੇ ਤੇ ਨਾ ਹੀ ਕੋਈ ਅਧਿਆਪਕ ਇਸ ਤੇ ਧਿਆਨ ਦੇ ਪਾਉਂਦੇ ਆ ਸੋ ਬੱਚੇ ਜਿਹੜੇ ਜਿੱਦਾਂ ਤੁਸੀਂ ਗੱਲ ਕੀਤੀ ਦੂਧ ਰਾਡੇ ਦੇ ਫਿਰ ਰਹਿ ਜਾਂਦੇ ਆ ਸੋ ਸਾਨੂੰ ਨਾਲ-ਨਾਲ ਅੱਜ ਕੱਲ ਦੇ ਟਾਈਮ ਦੇ ਵਿੱਚ ਤਕਨੀਕੀ ਯੁੱਗ ਦੇ ਵਿੱਚ ਨਾਲ-ਨਾਲ ਸਾਨੂੰ ਅਪਡੇਟ ਰਹਿਣ ਦੀ ਜ਼ਰੂਰਤ ਹੈ ਹਾਂਜੀ ਹੁਣ ਸੰਚਾਰ ਦੇ ਸਾਧਨ ਬਹੁਤ ਸਾਰੇ ਸਾਡੇ ਕੋਲ ਮੌਜੂਦ ਨੇ ਸੋ ਜਾਣਕਾਰੀ ਰੱਖਣੀ ਬਹੁਤ ਜ਼ਰੂਰੀ ਹੈ ਕਿ ਕਿਹੜੇ ਟ్రਾਇਲ ਹੋ ਰਹੇ ਨੇ ਕਦੋਂ ਹੋ ਰਹੇ ਨੇ ਕਿਹੜੇ ਖੇਤਰ ਵਿੱਚ ਹੋ ਰਹੇ ਤਾਂ ਹੀ ਬੱਚਿਆਂ ਨੂੰ ਅੱਗੇ ਆਉਣ ਦਾ ਭਰਪੂਰ ਮੌਕਾ ਮਿਲਦਾ ਹੈ ਇਸ ਤੋਂ ਬਾਅਦ ਗੱਲ ਕਰੀਏ ਕਿ ਜੇਕਰ ਤੁਸੀਂ ਕੁਝ ਵਜੋਂ ਆਪਣੀ ਤਜਰਬੇ ਦੀ ਗੱਲ ਕਰਦੇ ਹਾਂ ਤਾਂ ਸੁਭਾਵਕ ਹੈ ਕਿ ਵਕ ਵਕ ਟੀਮਾਂ ਨੂੰ ਤੁਸੀਂ ਤਿਆਰ ਕੀਤਾ ਹੋਵੇਗਾ ਤੁਸੀਂ ਵਕ ਵਕ ਥਾਵਾਂ ਤੇ ਗਏ ਹੋਵੋਗੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਤੇ ਉਹਨਾਂ ਮੁਕਾਬਲੇ ਵਿੱਚ ਹਿੱਸਾ ਲੈਂਦੇ ਸਮੇਂ ਤੁਹਾਡਾ ਦੇਸ਼ਾਂ ਵਿਦੇਸ਼ਾਂ ਦੇ ਕੋਚਾਂ ਨਾਲ ਵੀ ਕੁਝ ਰਾਬਤਾ ਹੋਇਆ ਹੋਵੇਗਾ ਗੱਲਬਾਤ ਹੋਈ ਹੋਵੇਗੀ ਉਹਨਾਂ ਦੀ ਕੋਚਿੰਗ ਤੇ ਉਹਨਾਂ ਦੇ ਜੋ ਤਜਰਬੇ ਨੇ ਜਾਂ ਉਹਨਾਂ ਦੇ ਤੌਰ ਤਰੀਕੇ ਨੇ ਉਹਨਾਂ ਬਾਰੇ ਤੁਸੀਂ ਕੀ ਵੇਖਿਆ ਕੀ ਮਹਿਸੂਸ ਕੀਤਾ ਉਹਨਾਂ ਨਾਲ ਕਦੀ ਗੱਲਬਾਤ ਹੋਈ ਤਾਂ ਕਿਹੋ ਜਿਹਾ ਆ ਗੱਲਾਂ ਬਾਤਾਂ ਉਥੇ ਹੋਈਆਂ ਉਹਨਾਂ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ। ਲਾਸਟ ਜਿਹੜਾ ਆਪਣਾ ਪਿਛਲਾ ਸਾਲ ਗਿਆ ਜੀ ਉਸ ਦੇ ਵਿੱਚ ਸਾਨੂੰ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਇੱਕ ਮੌਕਾ ਮਿਲਿਆ ਜੀ ਪੂਨੇ ਜਾਣ ਦਾ ਪੂਨੇ ਮਹਾਰਾਸ਼ਟਰ ਦੇ ਵਿੱਚ ਜੀ ਉੱਥੇ ਸਾਡੇ ਕੋਲ ਜਿਹੜੇ ਆ ਇਹਨਾਂ ਨੇ ਕੋਰਸ ਚਲਾਇਆ ਸੀਗਾ ਜੀ ਪੀ 4 ਐਸ ਫੁੱਟਬਾਲ ਫੋਰ ਸਕੂਲਸ ਹੁਣ ਦੇਖੋ ਜੀ ਇਹਨਾਂ ਨੇ ਇਹ ਚਲਾਉਣ ਦਾ ਮੇਨ ਕਾਰਨ ਇਹ ਸੀਗਾ ਜੀ ਇੰਡੀਆ ਦੇ ਵਿੱਚ ਉਹਨਾਂ ਨੇ ਜਿਹੜਾ ਆ ਇੰਡੀਅਨ ਗਵਰਨਮੈਂਟ ਨਾਲ ਟਾਈ ਅਪ ਕੀਤਾ ਉਹਦਾ ਚਲਾਉਣ ਦਾ ਕਾਰਨ ਇਹ ਸੀਗਾ ਕਿ ਜਿਹੜਾ ਇੰਡੀਆ ਦੇ ਵਿੱਚ ਇੰਨੀ ਅਵਧੀ ਹੋਣ ਦੇ ਬਾਵਜੂਦ ਜਿਹੜਾ ਇੰਡੀਆ ਦਾ ਲੈਵਲ ਬਹੁਤ ਥੱਲੇ ਹੈ ਫੁੱਟਬਾਲ ਦੇ ਵਿੱਚ ਜੀ ਜੇ ਗੱਲ ਕਰੀਏ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਫੁੱਟਬਾਲ ਜਿਹੜਾ ਹੈ ਬਹੁਤ ਵੱਡੇ ਪੱਧਰ ਤੱਕ ਪਹੁੰਚ ਚੁੱਕਾ ਪਰ ਇੰਡੀਆ ਹਜੇ ਵੀ ਉੱਥੇ ਹੀ ਖੜਾ ਹੈ ਜੀ ਜਿੱਦਾਂ ਮੈਂ ਹੁਣ ਇੰਡੀਆ ਦੀ ਰੈਂਕਿੰਗ ਦੀ ਗੱਲ ਕਰਾਂ FIFA ਦੀ ਤਾਂ ਇੰਡੀਆ 126ਵੇਂ ਨੰਬਰ ਤੇ ਮੌਜੂਦ ਹੈ ਇਸ ਟਾਈਮ ਹਾਂਜੀ ਤੇ ਇਸ ਤੋਂ ਪਹਿਲਾਂ ਜਿਹੜੀ ਹਾਈएस्ट ਰੈਂਕਿੰਗ ਇੰਡੀਆ ਦੀ ਕਾਊਂਟ ਕੀਤੀ ਗਈ ਸੀ ਉਹ 1996 ਦੇ ਵਿੱਚ 94 ਨੰਬਰ ਤੇ ਜਿਹੜਾ ਇੰਡੀਆ ਸੀਗਾ ਜੀ ਸੋ ਆਪਾਂ ਪੁਰਾਣੇ ਸਮੇਂ ਦੇ ਵਿੱਚ ਇੰਨਾ ਉੱਪਰ ਜੇ ਸਾਡੇ ਕੋਲ ਪੂਰੀ ਫੈਸਿਲਿਟੀ ਆ ਸਾਡੇ ਕੋਲ ਹਰ ਕੋਰ ਤਕਨੀਕ ਚੰਗੀ ਆ ਗਈ ਆ ਕੋਚ ਬਾਹਰੋਂ ਆ ਗਏ ਆ ਪਰ ਉੱਥੇ ਨਹੀਂ ਪਹੁੰਚ ਰਹੇ ਸੋ ਇਸ ਲਈ FIFA ਨੇ ਜਿਹੜਾ ਆਪਣੇ ਕੋ ਇੱਥੇ ਕੋਰਸ ਚਲਾਇਆ ਉਹਨਾਂ ਨੇ ਇਹਦੇ ਵਿੱਚ ਪੂਰੇ KVS, NVS ਸਨਵੋਧਿਆ ਤੋਂ ਜਿਹੜੇ ਟੀਚਰ ਉਹ ਇਕੱਠੇ ਕੀਤੇ ਉਹਨਾਂ ਨੂੰ ਇਹ ਦੱਸਿਆ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਆ ਫੁੱਟਬਾਲ ਨੂੰ ਪ੍ਰਮੋਟ ਕਰੋ ਕਿਉਂਕਿ ਇੰਡੀਆ ਦੇ ਵਿੱਚ ਟੈਲੈਂਟ ਬਹੁਤ ਮੌਜੂਦ ਆ ਪਰ ਇਸ ਨੂੰ ਜਿਹੜਾ ਯੂਸ ਨਹੀਂ ਕੀਤਾ ਜਾ ਰਿਹਾ ਚੰਗੇ ਢੰਗ ਦੇ ਨਾਲ ਸੋ ਉਹਨਾਂ ਨੇ ਕੋਲੋਂ ਪੈਸੇ ਖਰਚ ਗਏ FIFA ਨੇ ਸੋ ਤੁਸੀਂ ਇਸ ਚੀਜ਼ ਤੋਂ ਹੰਦਾ ਜਲਾ ਸਕਦੇ ਆ ਕਿ ਉਹਨਾਂ ਨੇ ਆਲਮੋਸਟ 3.5 ਤੋਂ 4000 ਦਾ ਫੁੱਟਬਾਲ ਉਹ ਜਿਹੜਾ ਆ ਇੱਥੇ ਉਹਨਾਂ ਨੇ ਪ੍ਰੋਵਾਈਡ ਕਰਵਾਇਆ ਇੱਕ ਉਹਨਾਂ ਨੇ 10000 ਫੁੱਟਬਾਲ ਜਿਹੜਾ ਆ ਇੰਡੀਆ ਨੂੰ ਜਿਹੜਾ ਦਿੱਤਾ ਸੋ ਇਸ ਤੋਂ ਤੁਸੀਂ ਸੋਚ ਸਕਦੇ ਹੋ ਕਿ ਉਹ ਪੈਸਾ ਇਨਵੈਸਟ ਕਰਨਾ ਚਾਹੁੰਦੇ ਆ ਵੱਡੀਆਂ ਕੰਟਰੀਜ਼ ਤੇ ਇੰਡੀਆ ਇੱਕ ਵੱਡੀ ਕੰਟਰੀ ਆ ਇਸ ਵੇਲੇ ਸੋ ਉਹਨਾਂ ਨੇ ਸੋਚਿਆ ਕਿ ਫੁੱਟਬਾਲ ਨੂੰ ਪ੍ਰੋਮੋਟ ਕਰਨਾ ਤਾਂ ਇੱਥੋਂ ਹੀ ਚੱਕੇ ਜਾਵੇ ਸੋ ਨਾਲ ਹੀ ਅਸੀਂ ਜਦੋਂ ਉੱਥੇ 5 ਦਿਨ ਲਈ ਗਏ ਪੁਨੇ ਦੇ ਵਿੱਚ ਤਾਂ ਅਸੀਂ ਦੇਖਿਆ ਕਿ ਉੱਥੇ ਛਤਰਪਤੀ ਸ਼ਿਵਾਜੀ ਸਟੇਡੀਅਮ ਬਣਿਆ ਹੋਇਆ ਸਭ ਤੋਂ ਪਹਿਲਾਂ ਦੇਖ ਕੇ ਤਾਂ ਮੇਰੇ ਇਹੀ ਮਨ ਵਿੱਚ ਗੱਲ ਆਈ ਮੈਂ ਕਿਹਾ ਜੀ ਜਦੋਂ ਸਾਡੇ ਪੰਜਾਬ ਦੇ ਵਿੱਚ ਇੰਨਾ ਟੈਲੈਂਟ ਆ ਹਾਂਜੀ ਇੰਨੀ ਜਿਹੜੀ ਸਾਡੀ ਰੇਸ ਆ ਉਹ ਯੋਧੇ ਸੂਰਵੀਰਾਂ ਦੀ ਰੇਸ ਆ ਸੋ ਬੱਚੇ ਜਿਹੜੇ ਨੇਚਰਲੀ ਸਟਰੋਂਗ ਆ ਇੱਥੇ ਪਰ ਸਾਡੇ ਕੋਈ ਫੈਸਿਲਿਟੀ ਨਹੀਂ ਮੌਜੂਦ ਹੈਗੀ ਉੱਥੇ ਸਟੇਡੀਅਮ ਆ ਐਥਲੈਟਿਕ ਦਾ ਸਟੇਡੀਅਮ ਆ ਦੇਖੋ ਨਾਲ ਹੀ ਫੁੱਟਬਾਲ ਦੀ ਉਹਨਾਂ ਨੇ ਮੁੰਬਈ ਐਫਸੀ ਦੀ ਹੋਮ ਗਰਾਊਂਡ ਬਣਾਈ ਹੋਈ ਹੈ ਉੱਥੇ ਦਰਸ਼ਕ ਮੈਚ ਦੇਖਦੇ ਆ ਜਦੋਂ ਦਰਸ਼ਕ ਮੈਚ ਦੇਖਣਗੇ ਕੁਦਰਤੀ ਤੌਰ ਤੇ ਜਿਹੜਾ ਹੈ ਬੱਚਿਆਂ ਦੇ ਵਿੱਚ ਵੀ ਉਹ ਜਿਹੜਾ ਮੋਟੀਵੇਟ ਹੋਣਗੇ ਹਾਂਜੀ ਸੋ ਮੈਨੂੰ ਮੈਂ ਤਾਂ ਇਹ ਕਹੂਗਾ ਕਿ ਅਸੀਂ ਜਦੋਂ ਕੋਚ ਨਾਲ ਗੱਲਬਾਤ ਕੀਤੀ ਉਹ 45 ਪਲੱਸ ਹੋਣ ਦੇ ਬਾਵਜੂਦ ਸਾਡੇ ਨਾਲ ਵੱਧ ਫਿੱਟ ਦਿਖ ਰਹੇ ਸੀਗੇ ਜੀ ਉਹ ਕਹ ਰਹੇ ਸਾਡੇ ਜਿਹੜਾ ਕਲਚਰ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਅਸੀਂ ਬាទੋ-ਬាទ ਬੱਚਿਆਂ ਨੂੰ ਇਨਵੋਲਵ ਕਰ ਰਹੇ ਹਾਂ ਇਸ ਚੀਜ਼ ਦੇ ਵਿੱਚ ਫੁੱਟਬਾਲ ਦੇ ਵਿੱਚ ਜਿਹੜਾ ਇਨਵੋਲਵ ਕਰ ਰਹੇ ਹਾਂ ਬੱਚੇ ਫਿੱਟ ਰਹਿਣ ਜਿਹੜਾ ਉਹਨਾਂ ਦਾ ਫਿਊਚਰ ਵਧੀਆ ਹੋਵੇ ਜੀ ਸੋ ਤੁਸੀਂ ਉਸ ਖੇਤਰ ਦੇ ਆਸ-ਪਾਸ ਹੀ ਵਿਚਰਦੇ ਹੋ ਮਾਲਪੁਰ ਦੇ ਆਸ-ਪਾਸ ਅਸੀਂ ਇਹ ਜਾਨਣਾ ਚਾਹਾਂਗੇ ਕਿ ਮਾਲਪੁਰ ਦਾ ਜਿਹੜਾ ਪਹਿਲਾਂ ਰਤਬਾ ਹੋਇਆ ਕਰਦਾ ਸੀ ਉਦਾਂ ਦਾ ਹੀ ਹੈ ਜਾਂ ਉਹਦੇ ਵਿੱਚ ਕੁਝ ਤਬਦੀਲੀ ਆਈ ਹੈ ਇਸ ਵੇਲੇ ਤੁਸੀਂ ਕਿਹੋ ਜਿਹਾ ਵੇਖਦੇ ਹੋ ਮਾਲਪੁਰ ਦਾ ਫੁੱਟਬਾਲ ਪ੍ਰਤੀ ਜੋਰ ਜਾਨ ਦੇਖੋ ਜੀ ਮਾਲਪੁਰ ਦੇ ਵਿੱਚ ਅਸੀਂ ਥੋੜੇ ਟਾਈਮ ਪਹਿਲਾਂ ਹੀ ਅੰਡਰ 14 ਦੀ ਜਿਹੜੀ ਸਾਡੇ ਉੱਤੇ ਸਟੇਟ ਹੋ ਕੇ ਹੱਟੀ ਹੈ ਬੱਚਿਆਂ ਦੀ ਸਕੂਲੀ ਅਸੀਂ ਉੱਥੇ ਗਏ ਸੀ ਜੀ ਸੋ ਲੈਵਲ ਤਾਂ ਦੇਖੋ ਨਹੀਂ ਕੱਟ ਸਕਦਾ ਹੈਗਾ ਕਿਉਂਕਿ ਉਹ ਇੱਕ ਪਨੀਰੀ ਆ ਫੁੱਟਬਾਲ ਦੀ ਉਹ ਏਰੀਆ ਦੇ ਵਿੱਚ ਮਾਲਪੁਰ ਏਰੀਆ ਦੇ ਵਿੱਚ ਜਿਹੜਾ ਫੁੱਟਬਾਲ ਬਹੁਤ ਹੀ ਇੱਕ ਵੱਡੇ ਲੈਵਲ ਦਾ ਫੁੱਟਬਾਲ ਆ ਸੋ ਜੇਕਰ ਆਪਾਂ ਇਹ ਤਾਂ ਸਕੂਲੀ ਲੈਵਲ ਦੀ ਗੱਲ ਹੋ ਗਈ ਜੇਕਰ ਅਸੀਂ ਵੱਡੇ ਲੈਵਲ ਦੀ ਵੀ ਗੱਲ ਕਰੀਏ ਉੱਥੇ ਜਿਹੜੇ ਦੋ ਕਾਲਜਸ ਐਸ ਵੇਲੇ ਬਹੁਤ ਮਸ਼ਹੂਰ ਆ ਮਾਲਪੁਰ ਖਾਲਸਾ ਕਾਲਜ ਮਾਲਪੁਰ ਉੱਥੇ ਨਾਲ ਬੱਬਰ ਅਕਾਲੀ ਖਾਲਸਾ ਕਾਲਜ ਗਡਸ਼ੰਕਰ ਜੀ ਦੋ ਕਾਲਜ ਆ ਇਹਨਾਂ ਦੇ ਇੰਨੇ ਟੈਲੈਂਟਡ ਪਲੇਅਰ ਆ ਮੈਂ ਉੱਥੇ ਖੁਦ ਵੀ ਦੇਖਿਆ ਇਹ ਮਾਲਪੁਰ ਦੇ ਵਿੱਚ ਆਪਣੇ ਕੋ ਸਾਹਬ ਨੇ ਪੰਡਤ ਜੀ ਪੋਸੀ ਤੋਂ ਜੀ ਗਡਸ਼ੰਕਰ ਦੇ ਵਿੱਚ ਆਪਣੇ ਗਿਲਪਾ ਜੀ ਕੰਮ ਕਰ ਰਹੇ ਆ ਕਾਫੀ ਸਮੇ ਤੋਂ ਉਹਨਾਂ ਨੇ ਬੇਸਿਕ ਤੋਂ ਸਟਾਰਟ ਕੀਤੇ ਸੀਗੇ ਬੱਚੇ ਫੜੇ ਸੀਗੇ ਜੀ ਜੀ ਹੁਣ ਇਸ ਵਕਤ ਜਿਹੜੀਆਂ ਟੀਮ ਉਹਨਾਂ ਦੀ ਪੂਰੇ ਕਲੱਬਾਂ ਦੇ ਨਾਲ ਇਸਨ ਆਲੀ ਬੱਚਿਆਂ ਨੂੰ ਜਿਹੜੇ ਆਲ ਇੰਡੀਆ ਇੰਟਰਵਿਊ ਯੂਨੀਵਰਸਿਟੀ ਖੇਡਣ ਦਾ ਮੌਕਾ ਮਿਲਦਾ ਆ। ਸੋ ਪੰਜਾਬ ਯੂਨੀਵਰਸਿਟੀ ਜਿਹੜੀ ਆ ਬਹੁਤ ਸਾਲਾਂ ਤੋਂ ਜਿਹੜੀ ਇਸ ਦੇ ਵਿੱਚ ਮੈਡਲ ਪ੍ਰਾਪਤ ਕਰ ਰਹੀ ਆ। ਕੋਈ ਨਾ ਕੋਈ ਪੋਜੀਸ਼ਨ ਲੈ ਰਹੀ ਆ ਉਸ ਦਾ ਕਾਰਨ ਹੈ ਕਿਉਂਕਿ ਮਾਲਪੁਰ ਦੇ ਜਿਹੜੇ ਬੱਚੇ ਆ ਉਸ ਦੇ ਵਿੱਚ ਸ਼ਾਮਲ ਹੁੰਦੇ ਆ। ਗੜਸ਼ੰਕਰ ਮਾਲਪੁਰ ਦੇ ਜਿਹੜੇ ਬੱਚੇ ਉਸ ਵਿੱਚ ਸ਼ਾਮਲ ਹੁੰਦੇ ਆ ਜਿਸ ਕਰਕੇ ਜਿਹੜਾ ਰਿਜ਼ਲਟ ਹਰ ਸਾਲ ਆਉਂਦਾ ਹੀ ਹੈ ਮਾਲਪੁਰ ਦੇ ਵਿੱਚੋਂ। ਜੀ। ਸੋ ਇਹ ਬਈ ਚੰਗੀ ਗੱਲ ਹੈ ਆਪਾਂ ਜਾਣੀ ਕਿ ਮਾਲਪੁਰ ਦਾ ਫੁੱਟਬਾਲ ਦੇ ਵਿੱਚ ਰੁਝਾਨ ਜਿਹੜਾ ਬਰਕਰਾਰ ਆ ਤੇ ਜਿਹੜਾ ਇੱਕ ਇਤਿਹਾਸ ਚੱ ਜੋ ਆਪਾਂ ਪੜਿਆ ਵੀ ਹੈ ਵੇਖਿਆ ਵੀ ਹੈ ਸੁਣਿਆ ਵੀ ਹੈ ਉਹ ਹੁਣ ਵੀ ਕਾਇਮ ਹੈ ਉਸੇ ਤਰ੍ਹਾਂ ਤੇ ਆਪਾਂ ਆਸ ਵੀ ਕਰਦੇ ਹਾਂ ਕਿ ਮਾਲਪੁਰ ਚ ਹੋਰ ਵੀ ਖਿਡਾਰੀ ਜਿਹੜੇ ਵੇ ਉਹ ਕੌਮੀ ਪੱਧਰ ਤੇ ਵੀ ਪਹੁੰਚਣ ਕੋ ਮੰਤਰੀ ਪੱਧਰ ਤੱਕ ਵੀ ਪਹੁੰਚਣ ਦੇਸ਼ ਦਾ ਨਾਂ ਰੌਸ਼ਨ ਕਰਨ ਤੇ ਇਸ ਦੇ ਨਾਲ ਹੁਣ ਆਪਾਂ ਗੱਲ ਕਰਾਂਗੇ ਕਿ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਤੁਸੀਂ ਸਿਖਲਾਈ ਵੀ ਦੇ ਰਹੇ ਹੋ ਬਤੌਰ ਕੋਚ ਵੀ ਸੇਵਾਵਾਂ ਨਿਭਾ ਰਹੇ ਹੋ ਤੇ ਟ੍ਰੇਨਿੰਗ ਕਿਹੋ ਜਿਹੀ ਹੁੰਦੀ ਹੈ ਜਿਹੜੇ ਪਿੰਡਾਂ ਤੋਂ ਬੱਚੇ ਆਉਂਦੇ ਨੇ ਉਹਨਾਂ ਦੇ ਲਈ ਟ੍ਰੇਨਿੰਗ ਦਾ ਪ੍ਰੋਗਰਾਮ ਕਿਹੋ ਜਿਹਾ ਜਾਂਦਾ ਸਿਖਲਾਈ ਦਾ ਪ੍ਰੋਗਰਾਮ ਤੇ ਉਹਨਾਂ ਦੀ ਡਾਈਟ ਬਾਰੇ ਵੀ ਜ਼ਰੂਰ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਕਿ ਇਹ ਸਬਦੀ ਕਿਹੋ ਜੀ ਪ੍ਰਕਿਰਿਆ ਚੱਲਦੀ ਹੈ ਦੇਖੋ ਸਰ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਸਾਡੇ ਕੋਲ ਆਂਦੇ ਆ ਬਹੁਤ ਗਰੀਬ ਘਰਾਂ ਦੇ ਬੱਚੇ ਸਾਡੇ ਕੋਲ ਸਕੂਲਾਂ ਦੇ ਵਿੱਚ ਜਿਹੜੇ ਪੜਨ ਦੇ ਲਈ ਆਂਦੇ ਉਹਨਾਂ ਦੇ ਮਾਪੇ ਜਿਹੜੇ ਆ ਉਹਨਾਂ ਧਿਆਨ ਨਹੀਂ ਦੇ ਪਾਉਂਦੇ ਬੱਚੇ ਦੇ ਸੋ ਇਸ ਲਈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਬੱਚੇ ਨੂੰ ਇਸ ਤਰ੍ਹਾਂ ਦਾ ਪ੍ਰੋਗਰਾਮ ਉਹਨਾਂ ਲਈ ਡਿਵੈਲਪ ਕੀਤਾ ਜਾਵੇ ਤਾ ਜੋ ਬੱਚੇ ਉਸ ਨੂੰ ਅਡਾਪਟ ਕਰ ਸਕਰ ਹਾਂਜੀ ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਅੱਜ ਕੱਲ ਦੇ ਟਾਈਮ ਦੇ ਵਿੱਚ ਸਾਈਕੋਲੋਜੀਕਲੀ ਤੌਰ ਤੇ ਆਪਾਂ ਤਿਆਰ ਕਰਨਾ ਸਾਨੂੰ ਪੈਂਦਾ ਹੈ ਬੱਚੇ ਨੂੰ ਕਿ ਤੁਸੀਂ ਸਾਡੇ ਕੋਲ ਜੇਕਰ ਸਾਡੇ ਕੋਲ ਬੱਚਾ 6ਵੀਂ ਦੇ ਵਿੱਚ ਆ ਰਿਹਾ ਅੰਡਰ 14 ਖੇਡਣਾ ਹੋਣੇ 17 19 ਬੱਚੇ ਨੂੰ ਇਸ ਤਰ੍ਹਾਂ ਮੋਟੀਵੇਟ ਕੀਤਾ ਜਾਂਦਾ ਵੀ ਤੁਹਾਡੇ ਕੋਲ ਜਿਹੜੇ ਆ ਗਿਣਕੇ 5 ਜਾਂ 6 ਸਾਲ ਹੈਗੇ ਆ ਤੁਸੀਂ ਇਸ ਦੇ ਵਿੱਚ ਟ੍ਰੇਨਿੰਗ ਕਰਨੀ ਆ ਟ੍ਰੇਨਿੰਗ ਉਹ ਸਮੇਂ ਦੇ ਹਿਸਾਬ ਨਾਲ ਹਾਰਡ ਵੀ ਹੋ ਸਕਦੀ ਆ ਜੀ ਤੁਹਾਨੂੰ ਅੱਗੇ ਮੌਕਾ ਵੀ ਮਿਲ ਸਕਦਾ ਖੇਡਣ ਦਾ ਤੇ ਨਾਲ ਦੇ ਨਾਲ ਉਹਨਾਂ ਨੂੰ ਇਹ ਦੱਸਿਆ ਜਾਂਦਾ ਵੀ ਤੁਸੀਂ ਜੇਕਰ ਅਸੀਂ ਵੱਡੇ ਪੱਧਰ ਦੀ ਡਾਈਟ ਜਿੱਦਾਂ ਹੋਣਾ ਜੀ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੀਏ ਜੇਕਰ ਅਸੀਂ ਉਹਨਾਂ ਪਲੇਅਰਾਂ ਦੀ ਗੱਲ ਕਰੀਏ ਉਹਨਾਂ ਦੀ ਡਾਈਟ ਇਸ ਤਰ੍ਹਾਂ ਆ ਕਿ ਨਾ ਉਹ ਕੋਈ ਤਲੀ ਚੀਜ਼ ਖਾਂਦੇ ਆ ਜੀ ਨਾ ਹੀ ਉਹ ਕੋਈ ਸਵੀਟ ਚੀਜ਼ ਖਾਂਦੇ ਆ ਜਿਹਨੂੰ ਉਹ ਮਿੱਠਾ ਬੋਲਦੇ ਆ ਵੱਧ ਲੈਂਦੇ ਆ ਉਹ ਸੋ ਉਹਨਾਂ ਦੀ ਡਾਈਟ ਜਿਹੜੀ ਆ ਬੋਇਲ ਹੁੰਦੀ ਆ ਉਬਲੀ ਹੋਈ ਹੁੰਦੀ ਆ ਸੋ ਬੱਚਿਆਂ ਨੂੰ ਅਸੀਂ ਇਹ ਕਹਿੰਦਾ ਕਿ ਤੁਸੀਂ ਉਹਨਾਂ ਦੇ ਲੈਵਲ ਦੇ ਪ੍ਰੋਟੀਨ ਤਾਂ ਨਹੀਂ ਖਰੀਦ ਸਕਦੇ ਜੀ ਜੋ ਸਾਨੂੰ ਘਰ ਦੇ ਵਿੱਚ ਦੇਸੀ ਚੀਜ਼ਾਂ ਮਿਲਦੀਆਂ ਆ ਜਿੱਦਾਂ ਲੱਸੀ ਹੋ ਗਈ ਦੁੱਧ ਹੋ ਗਿਆ ਦਹੀਂ ਹੋ ਗਿਆ ਉਸਦੇ ਨਾਲ ਅਸੀਂ ਕੁਝ ਜਿੱਦਾਂ ਆਟੇ ਉਹਨਾਂ ਨੂੰ ਮਿਕਸ ਕਰਕੇ ਮੱਕੀ ਹੋ ਗਿਆ ਬਾਜਰਾ ਹੋ ਗਿਆ ਇਹਨਾਂ ਨੂੰ ਮਿਕਸ ਕਰਕੇ ਖਾ ਸਕਦੇ ਹਾਂ ਅਸੀਂ ਆਪਣੇ ਪ੍ਰੋਟੀਨ ਨੂੰ ਕੰਪਲੀਟ ਕਰਨਾ ਅਸੀਂ ਕਾਰਬੋਹਾਈਡਰੇਟਸ ਲੈਣਾ ਹੈ ਆਲੂ ਖਾ ਸਕਦੇ ਹਾਂ ਸ਼ਕਰਕੰਦੀ ਆ ਜੋ ਮੌਸਮ ਦੇ ਹਿਸਾਬ ਦੇ ਨਾਲ ਅਸੀਂ ਇਹਨੂੰ ਆਪਾਂ ਜਿਹੜਾ ਖਾ ਸਕਦੇ ਹਾਂ ਫਿਰ ਨਾਲ ਨਾਲ ਸਰ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਜਿੱਦਾਂ ਹੁਣ ਆਪਾਂ ਮੈਂ ਸਟਾਰਟਿੰਗ ਚ ਕਿਹਾ ਕਿ ਬੱਚੇ ਸਾਡੇ ਕੋਲ ਬਹੁਤ ਗਰੀਬ ਘਰਾਂ ਦੇ ਆਉਂਦੇ ਉਹ ਕਈ ਵਾਰ ਇਹ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਇਹ ਚੀਜ਼ਾਂ ਨੂੰ ਜੀ ਸੋ ਸਾਨੂੰ ਬਹੁਤ ਸਰੀਆਂ ਚੀਜ਼ਾਂ ਦਾ ਧਿਆਨ ਦੇਣਾ ਪੈਂਦਾ ਆ ਕਿ ਬੱਚੇ ਨੂੰ ਉਸ ਲੈਵਲ ਦੀ ਹੀ ਟ੍ਰੇਨਿੰਗ ਕਰਵਾਈਏ ਜਿਸ ਨਾਲ ਕਿ ਉਹਦੀ ਰਿਕਵਰੀ ਹੋ ਸਕੇ ਜੀ ਜੀ ਕਿਉਂਕਿ ਕਈ ਵਾਰ ਆਪਾਂ ਲੋਡ ਤੋਂ ਜ਼ਿਆਦਾ ਬੱਚੇ ਨੂੰ ਟ੍ਰੇਨਿੰਗ ਕਰਵਾ ਦਿੰਨੇ ਆ ਜਿਸ ਨਾਲ ਕਿ ਉਹ ਸਾਰੀ ਉਮਰ ਫਿਰ ਖੇਡਣ ਤੋਂ ਵਾਂਝਾ ਰਹਿ ਜਾਂਦਾ ਹੈ ਕੋਈ ਨਾ ਕੋਈ ਇੰਜਰੀ ਆ ਜਾਂਦੀ ਆ ਉਹ ਛੱਟ ਖਾ ਲੈਂਦਾ ਕਿਉਂਕਿ ਜਿੰਨੀ ਸਾਡੇ ਸਰੀਰ ਦੀ ਟੁੱਟ ਭਜ ਹੁੰਦੀ ਹੈ ਉਨਾ ਹੀ ਸਾਨੂੰ ਜਿਹੜੀ ਆ ਖੁਰਾਕ ਦੀ ਜ਼ਰੂਰਤ ਪੈਂਦੀ ਹੈ ਜੋ ਸਾਡੀ ਬਾਡੀ ਦੇ ਪੰਜ ਕੰਪੋਨੈਂਟ ਨੇ ਜਿੱਦਾਂ ਆਪਾਂ ਤਾਕਤ ਸਹਿਣਸ਼ੀਲਤਾ ਗਤੀ ਲਚਕ ਤਾਲਮੇਲ ਇਹ ਕੰਪੋਨੈਂਟ ਨੂੰ ਆਪਾਂ ਨੂੰ ਸਹੀ ਢੰਗ ਨਾਲ ਰੱਖਣ ਲਈ ਖੁਰਾਕ ਦੀ ਬਹੁਤ ਜ਼ਰੂਰਤ ਹੈ ਇਹ ਸਾਨੂੰ ਸਮਝਣਾ ਪੈ ਬੱਚੇ ਨੂੰ ਵੀ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਕੋਚ ਇਸ ਕੰਮ ਕਰਦੇ ਆ ਜਿੰਨਾ ਡਾਈਟ ਤੇ ਧਿਆਨ ਦੇਣਗੇ ਬੱਚੇ ਦਾ ਜਿਹੜਾ ਟੈਲੈਂਟ ਉਨਾ ਹੀ ਸਾਹਮਣੇ ਆਵੇਗਾ ਤੇ ਇਸ ਤੋਂ ਇਲਾਵਾ ਇੱਕ ਗੱਲ ਇਹ ਵੀ ਤੁਹਾਨੂੰ ਪੁੱਛਣ ਵਾਲੀ ਹੈ ਕਿ ਬੱਚਿਆਂ ਦਾ ਖੇਡਾਂ ਪ੍ਰਤੀ ਰੁਝਾਨ ਜਿਹੜਾ ਆ ਉਹ ਤੁਹਾਡੇ ਮੁਤਾਬਕ ਪਿਛਲੇ ਕੁਝ ਸਮਾਂ ਦਰਾਂਨ ਵਧਿਆ ਆ ਘਟਿਆ ਆ ਜਾਂ ਉਨਾ ਕੀ ਆ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਆ ਪੜ੍ਹਾਈ ਲਿਖਾਈ ਦੀ ਤੇ ਖੇਡਾਂ ਨੂੰ ਨਾਲ ਲੈ ਕੇ ਚੱਲਣ ਦੀ ਜਾਂ ਖੇਡਾਂ ਦੇ ਨਾਲ ਪੜ੍ਹਾਈ ਲਿਖਾਈ ਨੂੰ ਨਾਲ ਲੈ ਕੇ ਚੱਲਣ ਦੀ ਤਾਂ ਕਈ ਵਾਰੀ ਜ਼ਿਆਦਾ ਜਿਹੜਾ ਧਿਆਨ ਆ ਉਹ ਪੜ੍ਹਾਈ ਲਿਖਾਈ ਵੱਲ ਦੇਣ ਦੀ ਗੱਲ ਹੁੰਦੀ ਰਹੀ ਹੈ ਸਮਾਜ ਵੱਲੋਂ ਵੀ ਮਾਤਾ ਪਿਤਾ ਵੱਲੋਂ ਵੀ ਸੁਭਾਵਕ ਤੌਰ ਤੇ ਤੇ ਵਿਦਿਅਕ ادارے ਵੱਲੋਂ ਵੀ ਸੋ ਬੱਚਿਆਂ ਦਾ ਖੇਡਾਂ ਵੱਲ ਰੁਝਾਨ ক্রিকেট ਦਾ ਤਾਂ ਆਪਾਂ ਬਹੁਤ ਚਰਚਾ ਸੁਣਦੇ ਰਹਿੰਨੇ ਆ ਬੱਚਿਆਂ ਦਾ ਰੁਝਾਨ ਵੀ ক্রিকেট ਵੱਲ ਵੇਖਣ ਵੱਲ ਵੀ ਖੇਡਣ ਵੱਲ ਵੀ ਹੁੰਦਾ ਪਰ ਬਾਕੀ ਖੇਡਾਂ ਵੱਲ ਵੀ ਰੁਝਾਨ ਵੱਧ ਰਿਹਾ ਹੈ ਤੁਹਾਡੇ ਹਿਸਾਬ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਇਹ ਅੱਜ ਦੇ ਸਮੇਂ ਦੇ ਵਿੱਚ ਬੱਚੇ ਨੂੰ ਜਿਹੜਾ ਆ ਕਈ ਵਾਰ ਘਰ ਤੋਂ ਚੱਕ ਕੇ ਲੈ ਕੇ ਆਉਣਾ ਪੈਂਦਾ ਖੇਡਣ ਵਾਸਤੇ ਜੀ ਹੁਣ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਜਦੋਂ ਸਾਡਾ ਬਚਪਨ ਸੀਗਾ ਅਸੀਂ ਛੋਟੇ ਸੀ 19s ਦੀ ਗੱਲ ਕਰਦੇ 90 ਦੀ ਗੱਲ ਕਰਦੇ ਆ ਜੀ ਉੱਥੇ ਬੱਚੇ ਜਿਹੜੀ ਆ ਐਨੀ ਲਾਈਨ ਲੱਗੀ ਹੁੰਦੀ ਖੇਡਣ ਵਾਸਤੇ ਇੱਕ ਫੁੱਟਬਾਲ ਹੋਣਾ ਤੇ 50 60 ਬੱਚੇ ਜਿਹੜੇ ਗਰਾਊਂਡ ਦੇ ਵਿੱਚ ਮੌਜੂਦ ਹੁੰਦੇ ਸੀ ਹਾਂ ਜੀ ਹੁਣ ਇਸ ਵੇਲੇ ਸਾਡੇ ਕੋਲ ਜਿਹੜੇ ਫੁੱਟਬਾਲ 50 60 ਹੋ ਸਕਦੇ ਪਰ ਬੱਚੇ ਉਨੇ ਮੌਜੂਦ ਨਹੀਂ ਹੁੰਦੇ ਗਰਾਊਂਡਾਂ ਦੇ ਵਿੱਚ ਜੀ ਹੁਣ ਅਸੀਂ ਪਿੰਡ ਦੇ ਵਿੱਚ 2017 ਤੋਂ ਸਾਡੇ ਡਾਕਟਰ ਜਸਪਾਲ ਸਿੰਘ ਜੀ ਹੈਗੇ ਆ ਲਾਇਲਪੁਰ ਖਾਸਾ ਕਾਲਜ ਦੇ ਪ੍ਰਿੰਸੀਪਲ ਸਾਹਿਬ ਉਹਨਾਂ ਨਾਲ ਅਸੀਂ ਮਿਲ ਕੇ ਜਿਹੜਾ ਆ ਪਿੰਡ ਦੇ ਵਿੱਚ ਕੈਂਪ ਲਾਣੇ ਹਰ ਸਾਲ ਬੱਚਿਆਂ ਨੂੰ ਜਿਹੜੀਆਂ ਯੂਨੀਫਾਰਮ ਵਰਦੀਆਂ ਦਿੱਤੀਆਂ ਜਾਂਦੀਆਂ ਆ ਜੀ ਸੋ ਸਾਡੇ ਐਨ ਆਰ ਆਈ ਵੀ ਨਾਲ ਜੁੜੇ ਹੋਏ ਆ ਬਾਹਰੋਂ ਪਿੰਡ ਘਾਮ ਦੇ ਉਹ ਬੱਚਿਆਂ ਨੂੰ ਜਿਹੜਾ ਆ ਸ਼ੂਜ਼ ਉਹਨਾਂ ਦੇ ਜਿਹੜੇ ਆ ਸਟੱਡ ਆ ਫਿਰ ਫੁੱਟਬਾਲ ਦੀ ਫੈਸਿਲਿਟੀ ਆ ਗਰਾਊਂਡ ਜਿਹੜੀ ਸਾਡੀ ਸਾਫ਼ ਸੁਥਰੀ ਰੱਖਣੀ ਆ ਸਾਰੀ ਫੈਸਿਲਿਟੀ ਦੇ ਰਹੇ ਆ ਪਰ ਉਸੇ ਹਿਸਾਬ ਨਾਲ ਜਿਹੜੇ ਬੱਚੇ ਗਰਾਊਂਡ ਦੇ ਵਿੱਚ ਨੇ ਮੌਜੂਦ ਹੋ ਰਿਹਾ ਹੈ ਅੱਛਾ ਉਸ ਦਾ ਦੂਜਾ ਕੰਮ ਹੈ ਜਦੋਂ ਬੱਚਾ 18 ਸਾਲ ਪਾਰ ਕਰਦਾ ਹੈ ਤਾਂ ਉਹਦੀ ਜਿਹੜਾ ਰੁਝਾਨ ਜਿਆਦਾ ਬਾਹਰ ਨੂੰ ਹੋ ਰਿਹਾ ਹਾਂਜੀ ਬਾਹਰ ਨੂੰ ਹੋਣ ਕਰਕੇ ਫਿਰ ਜਿਹੜੇ ਬੱਚੇ ਬਚਪਨ ਤੋਂ ਖੇਡਦੇ ਆਂਦੇ ਆ ਜਦੋਂ ਉਹ ਕਿਸੇ ਟੀਮ 'ਚ ਹੋਣ ਜੋਗੇ ਹੁੰਦੇ ਆ ਉਹ ਉਸੇ ਨਾਲ ਹੀ ਬਾਹਰ ਚਲੇ ਜਾਂਦੇ ਆ ਜੀ ਸੋ ਜਿਹੜੇ ਬੱਚੇ ਪਿੰਡਾਂ ਦੇ ਰਹਿ ਗਏ ਬਾਕੀ ਉਹ ਇੰਨਾ ਇੰਟਰਸਟ ਨਹੀਂ ਦਿਖਾ ਰਹੇ ਜੀ ਬਹੁਤ ਘੱਟ ਬੱਚੇ ਜਿਹੜੇ ਸ਼ਾਮ ਨੂੰ ਗਰਾਊਂਡ ਦੇ ਵਿੱਚ ਮੌਜੂਦ ਹੁੰਦੇ ਆ ਇਸ ਚੀਜ਼ ਨੂੰ ਦੇਖ ਕੇ ਦੁੱਖ ਵੀ ਹੁੰਦਾ ਹੈ ਕਿਉਂਕਿ ਅਸੀਂ ਜੌਬ ਦੇ ਨਾਲ-ਨਾਲ ਹਜੇ ਵੀ ਆਪਣਾ ਗਰਾਊਂਡ ਜਿਹੜੀ ਹੈ ਮੇਨਟੇਨ ਰੱਖੀ ਹੋਈ ਹੈ ਗਰਾਊਂਡ ਦੇ ਵਿੱਚ ਜਾ ਰਹੇ ਆ ਪਰ ਇਹ ਚੀਜ਼ ਦਾ ਦੁੱਖ ਹੈ ਜੀ ਕਿ ਬੱਚੇ ਗਰਾਉਂਡ 'ਚ ਉਸ ਤਰ੍ਹਾਂ ਨਹੀਂ ਆ ਰਹੇ ਬਹੁਤ ਸਾਰੇ ਪਿੰਡਾਂ ਦੀਆਂ ਗਰਾਉਂਡਾਂ ਖਾਲੀ ਪਈਆਂ ਜਿੱਥੇ ਕਾਹ ਹੋਏ ਆ ਜੀ ਸੋ ਇਹ ਤੁਸੀਂ ਖੁਦ ਵੀ ਕਦੀ ਦੇਖ ਸਕਦੇ ਪਿੰਡਾਂ ਦੇ ਵਿੱਚ ਜਾ ਕੇ ਵੀ ਇਹ ਮਾਹੌਲ ਬਹੁਤ ਫਰਕ ਪੈ ਗਿਆ ਜੀ ਜੀ ਤੇ ਜਿੱਥੋਂ ਤੱਕ ਆਪਾਂ ਗੱਲ ਕਰਦੇ ਆ ਪਿੰਡੂ ਬੱਚਿਆਂ ਦੀ ਤਾਂ ਪਿੰਡਾਂ ਵਿੱਚ ਬੱਚਿਆਂ ਵਿੱਚ ਵੀ ਆਪਾਂ ਢੁਗਾਏ 'ਚ ਗੱਲ ਕਰੀਏ ਤਾਂ ਜਿਹੜੀਆਂ ਲੜਕੀਆਂ ਆ ਕੁੜੀਆਂ ਆ ਉਹਨਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਸੁਭਾਵਿਕ ਤੌਰ ਤੇ ਕਾਫੀ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਜਦੋਂ ਖਿਡਾਰੀਆਂ ਦੀ ਚੋਣ ਦੀ ਆਪਾਂ ਗੱਲ ਕਰ ਰਹੇ ਸੀ ਤਾਂ ਇੱਕ ਇਹਦੇ ਵਿੱਚ ਇਹ ਵੀ ਤੁਹਾਨੂੰ ਪੁੱਛਣਾ ਬਣਦਾ ਹੈ ਕਿ ਪਿੰਡੂ ਇਲਾਕਿਆਂ ਤੋਂ ਦੂਰ ਦਰਾਡੇ ਦੇ ਇਲਾਕਿਆਂ ਤੋਂ ਕੁੜੀਆਂ ਨੂੰ ਅੱਗੇ ਲਿਆਉਣ ਦੇ ਲਈ ਖੇਡਾਂ ਦੇ ਖੇਤਰ ਵਿੱਚ ਆਪਾਂ ਕੀ ਉਪਰਾਲੇ ਕਰ ਰਹੇ ਹਾਂ ਜਾਂ ਉਹਦੀ ਕੀ ਪ੍ਰਕਿਰਿਆ ਹੁੰਦੀ ਹੈ ਕੁਝ ਵਿਸ਼ੇਸ਼ ਚੀਜ਼ਾਂ ਉਹਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਦੇਖੋ ਜੀ ਮੈਂ ਪਿਛਲੇ 2 ਸਾਲਾਂ ਤੋਂ ਚੀਨੀਅਰ ਸਕੈਂਡਰੀ ਸਕੂਲ ਫਗਵਾੜਾ ਦੇ ਵਿੱਚ ਕੰਮ ਕਰ ਰਿਹਾ ਸੀ ਉੱਥੇ ਸਾਡੇ ਕੋਲ ਲਗਭਗ 1300 ਦੇ ਕਰੀਬ ਕੁੜੀਆਂ ਸਨ ਜੀ ਜਦੋਂ ਮੈਂ ਸਕੂਲ ਦੇ ਵਿੱਚ ਆਇਆ ਸਾਡੇ ਸਕੂਲ ਦੇ ਵਿੱਚ ਜਿਹੜੀ ਆ ਗਰਾਊਂਡ ਦੀ ਐਨੀ ਫੈਸਿਲਿਟੀ ਨਹੀਂ ਸੀ ਉੱਥੇ ਪੱਕਾ ਗਰਾਊਂਡ ਸੀ ਥੋੜਾ ਗਰਾਊਂਡ ਸੀ ਪਰ ਉਸ ਦੇ ਬਾਵਜੂਦ ਅਸੀਂ ਜਿਹੜਾ ਆ ਆਪਣੇ ਹਿਸਾਬ ਨਾਲ ਬੱਚਿਆਂ ਨੂੰ ਇਨਵੋਲਵ ਕੀਤਾ ਕੁੜੀਆਂ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਜੀ ਅਸੀਂ ਪਹਿਲੇ ਸਾਲ ਦੇ ਵਿੱਚ ਹੀ ਜਿਹੜੀਆਂ ਆ ਅੰਡਰ 14 17 19 ਦੀਆਂ ਕੋ-ਕੋ ਕਬੱਡੀ ਐਥਲੈਟਿਕਸ ਰੱਸਾ ਕਸੀ ਇਹਨਾਂ ਦੀਆਂ ਟੀਮਾਂ ਬਣਾਈਆਂ ਉਹ ਸਾਡਾ ਜਿਹੜਾ ਰਿਜ਼ਲਟ ਆਇਆ ਇਹਨਾਂ ਦੇ ਵਿੱਚ ਜੀ ਕੁੜੀਆਂ ਦੇ ਵਿੱਚ ਟੈਲੈਂਟ ਬਹੁਤ ਹੈ ਪਰ ਉਹਨਾਂ ਨੂੰ ਜਿਹੜਾ ਆ ਅੱਗੇ ਓਪਰਚ्युनिटी ਘੱਟ ਮਿਲਦੀ ਹੈ ਜੀ ਜੀ ਇਸ ਤਰ੍ਹਾਂ ਮੈਂ ਗੱਲ ਕਰਾਂ ਕਿ ਬਲਾਕ ਪੱਧਰ ਤੇ ਜਾਂ ਜ਼ਿਲ੍ਹਾ ਪੱਧਰ ਤੇ ਤਾਂ ਅਸੀਂ ਕੁੜੀਆਂ ਨੂੰ ਨਾਲ ਲੈ ਕੇ ਜਾ ਸਕਦੇ ਹਾਂ ਉਸ ਤੋਂ ਬਾਅਦ ਜਿਹੜਾ ਗਵਰਨਮੈਂਟ ਦਾ ਰੂਲ ਹੈ ਕਿ ਤੁਸੀਂ ਉਸ ਦੇ ਨਾਲ ਕਿਸੇ ਨਾ ਕਿਸੇ ਲੇਡੀ ਟੀਚਰ ਨੂੰ ਭੇਜਣਾ ਹੈ ਜੀ ਸੋ ਸਾਡੇ ਕੋਲ ਕਈ ਵਾਰ ਸਕੂਲ ਦੇ ਵਿੱਚ ਟੀਚਰ ਘੱਟ ਹੋਣ ਦੇ ਕਾਰਨ ਜਿਹੜੇ ਆ ਲੇਡੀ ਟੀਚਰ ਨਹੀਂ ਨਾਲ ਜਾ ਪਾਉਂਦੇ ਕਿਉਂਕਿ ਜਿੱਥੇ ਵੀ ਤੁਸੀਂ ਜਾਓਗੇ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜੀ ਸੋ ਸਾਨੂੰ ਲੇਡੀ ਟੀਚਰ ਦੀ ਜ਼ਰੂਰਤ ਪੈਂਦੀ ਉੱਥੇ ਬੱਚੇ ਨੂੰ 4 ਦਿਨ 5 ਦਿਨ ਰਹਿਣਾ ਪੈ ਸਕਦਾ ਉਸ ਤੋਂ ਬਾਅਦ ਨੈਸ਼ਨਲ ਸਾਨੀਆਂ ਉੱਥੇ ਵੀ ਲੇਡੀ ਟੀਚਰਜ਼ ਦੀ ਜ਼ਰੂਰਤ ਪੈਂਦੀ ਹੈ ਜੀ ਸੋ ਬਹੁਤ ਸਾਰੇ ਬੱਚੇ ਇਦਾਂ ਦੇ ਹੁੰਦੇ ਆ ਜਿਹੜੇ ਸਟੇਟ ਲੈਵਲ ਤੱਕ ਤਾਂ ਚੰਗਾ ਪਰਫਾਰਮ ਕਰ ਲੈਂਦੇ ਆ ਉਸ ਤੋਂ ਬਾਅਦ ਜਦੋਂ ਅੱਗੇ ਜਾਣ ਦਾ ਮੌਕਾ ਮਿਲਦਾ ਆ ਕੋਈ ਨਾਲ ਸਾਥ ਨਾ ਹੋਣ ਕਾਰਨ ਜਿਹੜੇ ਆ ਉਹ ਬੱਚੇ ਉੱਥੇ ਹੀ ਰਹਿ ਜਾਂਦੇ ਆ ਕਿ ਜਿਹੜਾ ਖੇਤਰ ਆ ਖੇਡਾਂ ਦਾ ਇਹਦੇ ਨਾਲ ਹੀ ਜੁੜਦਾ ਸਰੀਰ ਸਿੱਖਿਆ ਤੇ ਉਹਦੇ ਲੈਕਚਰਰ ਵਜੋਂ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਇਸ ਖੇਤਰ ਵਿੱਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਤੇ ਇੱਕ ਪੇਸ਼ੇ ਵਜੋਂ ਇਸ ਨੂੰ ਲੈਣ ਦੀਆਂ ਸੰਭਾਵਨਾਵਾਂ ਮੌਜੂਦ ਨੇ ਬਹੁਤ ਸਾਰੇ ਸਾਡੇ ਦਰਸ਼ਕ ਜੋ ਖੇਤਾਂ ਦੇ ਖੇਤਰ ਨਾਲ ਵੀ ਜੁੜੇ ਆ ਔਣ ਦੇ ਚਾਹਵਾਨ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਸਰੀਰਕ ਸਿੱਖਿਆ ਦੇ ਖੇਤਰ ਵਿੱਚ ਕਿਹੋ ਜਿਹੀਆਂ ਰੋਜ਼ਗਾਰ ਦੀਆਂ ਸੰਭਾਵਨਾਵਾਂ ਮੌਜੂਦ ਹੈ ਦੇਖੋ ਜੀ ਬੱਚਿਆਂ ਲਈ ਜਿਹੜਾ ਸਰੀਰਕ ਸਿੱਖਿਆ ਵਿਸ਼ਾ ਆ ਜੀ ਮੈਂ ਖਾਸ ਕਰਕੇ ਆਪਾਂ ਕੁੜੀਆਂ ਦਾ ਜਿਹੜਾ ਕੁਐਸਚਨ ਇਸ ਤੋਂ ਪਹਿਲਾਂ ਗੱਲ ਕਰਕੇ ਹਟਿਆ ਸੋ ਬਹੁਤ ਵੱਡੀ ਓਪਰਚ्युनिटी ਇਹਦੇ ਵਿੱਚ ਜਦੋਂ ਤੁਸੀਂ ਪਲੱਸ 2 ਕਰਦੇ ਆ ਜੀ ਪਲੱਸ 2 ਕਰਨ ਤੋਂ ਬਾਅਦ ਤੁਹਾਡੇ ਕੋਲ ਓਪਰਚ्युनिटी ਹੁੰਦੀ ਹੈ ਕਿ ਤੁਸੀਂ ਬੀਪੀਐਡ ਕਰ ਸਕਦੇ ਆ ਬੈਚਲਰਸ ਆਫ ਫਿਜ਼ੀਕਲ ਐਜੂਕੇਸ਼ਨ ਜੀ ਇਹ ਤੁਹਾਨੂੰ 4 ਸਾਲ ਦਾ ਕੋਰਸ ਹੁੰਦਾ ਆਫਟਰ ਪਲੱਸ 2 ਉਸ ਤੋਂ ਬਾਅਦ ਜੇਕਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਫਿਰ ਤੁਸੀਂ 2 ਸਾਲ ਦਾ ਜਿਹੜਾ ਬੀਪੀਐੜ ਦਾ ਕੋਰਸ ਕਰ ਸਕਦੇ ਹੋ ਇਸ ਲਈ ਫਿਰ ਤੁਸੀਂ ਡੀਪੀ ਵਾਸਤੇ ਜਿਹੜੇ ਸਕੂਲ ਲਈ ਐਲੀਜੀਬਲ ਹੋ ਜਾਂਦੇ ਆ ਉਸ ਤੋਂ ਬਾਅਦ ਜੇਕਰ ਤੁਸੀਂ ਮਾਸਟਰ ਡਿਗਰੀ ਆਪਣੇ ਨਾਲ ਕਰਦੇ ਆ ਮਾਸਟਰਸ ਆਫ ਫਿਜ਼ੀਕਲ ਐਜੂਕੇਸ਼ਨ ਉਹ ਤੁਹਾਨੂੰ ਫਿਰ ਓਪਰਚ्युनिटी ਮਿਲਦੀ ਆ ਕਿ ਤੁਸੀਂ ਐਜ਼ ਅ ਲੈਕਚਰਰ ਜਿਹੜਾ ਸਕੂਲਾਂ ਦੇ ਵਿੱਚ ਕੰਮ ਕਰ ਸਕਦੇ ਆ ਫਿਰ ਤੁਸੀਂ ਯੂਜੀਸੀ ਨੈਟ ਕੁਆਲੀਫਾਈਡ ਕਰਕੇ ਜਿਹੜਾ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਆਪਣਾ ਤੁਸੀਂ ਕੰਮ ਕਰ ਸਕਦੇ ਆ ਉਸੇ ਨਾਲ ਨਾਲ ਜੇਕਰ ਅਸੀਂ ਅਧਿਆਪਕ ਵਿਸ਼ੇ ਤੋਂ ਅਲੱਗ-ਅਲੱਗ ਕਰੀਏ ਸਿਹਤ ਸਿੱਖਿਆ ਦੇ ਵਿੱਚ ਸਾਨੂੰ ਜਿਹੜੀ ਓਪਰਚੁਨਿਟੀ ਮਿਲਦੀ ਹੈ ਅਸੀਂ ਐਜ਼ ਏ ਯੋਗਾ ਟ੍ਰੇਨਰ ਠੀਕ ਹੈ ਜੀ ਜਿਮ ਟ੍ਰੇਨਰ ਉਸ ਤੋਂ ਬਾਅਦ ਪਰਸਨਲ ਟ੍ਰੇਨਰ ਜੀ ਫਿਰ ਅਸੀਂ ਜਿਹੜੀ ਪਾਰਟ ਟਾਈਮ ਕੋਚਿੰਗ ਦੇ ਸਕਦੇ ਹਾਂ ਅੱਛਾ ਜੀ ਔਰ ਹਰ ਇੱਕ ਇਨਸਾਨ ਜਿਹਦੇ ਕੋਲ ਟੈਲੈਂਟ ਹੈਗਾ ਆ ਜਿਹੜਾ ਅੱਗੇ ਇਸ ਦੇ ਵਿੱਚ ਕੰਮ ਕਰਨਾ ਚਾਹੁੰਦਾ ਆ ਉਹ ਇਹਦੇ ਵਿੱਚ ਅੱਗੇ ਵਧ ਸਕਦਾ ਜੀ ਸੋ ਇਸ ਵਿਸ਼ੇ ਤੇ ਗੱਲਬਾਤ ਲਈ ਤੁਸੀਂ ਉਚਿਤ ਤੌਰ ਤੇ ਸਾਡੇ ਸਟੂਡੀਓਜ਼ ਵਿਖਿਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਦੇ ਲਈ ਤੁਹਾਨੂੰ ਸ਼ੁਭ ਕਾਮਨਾਵਾਂ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਾਵਲ ਸਮਝਿਆ ਸੋ ਜਨੰਦਰ ਦੂਦਰਸ਼ਨ ਤੁਹਾਡਾ ਸਰ ਦਿਲੋਂ ਧੰਨਵਾਦ ਜੀ ਸੋ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਕਿਸੇ ਨਵੀਂ ਖੇਡ ਸ਼ਖਸੀਅਤ ਦੇ ਨਾਲ ਖੇਡਾਂ ਦੇ ਕਿਸੇ ਹੋਰ ਪਹਿਲੂ ਉੱਤੇ ਇਸੇ ਤਰ੍ਹਾਂ تفصیلی ਗੱਲਬਾਤ ਕਰਾਂਗੇ ਆਸ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅੱਜ ਦਾ ਇਹ ਪ੍ਰੋਗਰਾਮ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ